ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਚੌਲ ਬਣਾਵਾਂਗੇ, ਲੂੰਡੇ ਚੌਲ ਬਣਾਵਾਂਗੇ। ਰਾਜਸਥਾਨ 'ਚ ਲੂੰਡੇ ਚੌਲ ਕਹਿੰਦੇ ਇਹਨਾਂ ਨੂੰ। ਅਤੇ ਆਪਾਂ ਭਾਂਡੇ 'ਚ ਪਾ ਲਏ ਅਤੇ ਇਹਨਾਂ ਨੂੰ ਆਪਾਂ ਧੋਵਾਂਗੇ। ਚੰਗੀ ਤਰ੍ਹਾਂ ਧੋਵਾਂਗੇ। ਆਹ ਜਿਹੜਾ ਪਾਣੀ ਆਪਾਂ ਇਹ ਕੱਢ ਦਿਆਂਗੇ। ਪਾਣੀ ਹੋਰ ਪਾਵਾਂਗੇ, ਇਹਨਾਂ ਨੂੰ ਦੋ ਤਿੰਨ ਵਾਰਾਂ ਧੋਵਾਂਗੇ ਆਪਾਂ। ਮਾੜੀ ਮੋਟੀ ਮਿੱਟੀ ਮੁੱਟੀ ਲੱਗੀ ਹੁੰਦੀ ਹੈ, ਬੰਗਾ ਜਿਹਾ ਹੁੰਦਾ ਨਾਲੇ ਚੌਲਾਂ ਦਾ ਲੱਗਿਆ ਹੋਇਆ, ਸਾਰਾ ਲਹਿ ਜਾਂਦਾ ਹੈਗਾ। ਦੁਬਾਰਾ ਹੋਰ ਧੋਵਾਂਗੇ। ਇਹ ਪਾਣੀ ਵੀ ਕੱਢ ਦਿਆਂਗੇ। ਹੁਣ ਆਪਾਂ ਇਹਦੇ 'ਚ ਪਾਣੀ ਪਾ ਕੇ ਰੱਖ ਦਿਆਂਗੇ 10 ਮਿੰਟ। ਲਓ ਹੁਣ ਚੌਲਾਂ ਨੂੰ ਪਿਆਂ ਨੂੰ 5 ਕੁ ਮਿੰਟ ਹੋ ਗਏ ਪਾਣੀ ਪਾ ਕੇ ਰੱਖੇ ਨੂੰ। ਅਤੇ ਹੁਣ ਆਪਾਂ ਅੱਗ ਬਾਲਾਂਗੇ ਅਤੇ ਕੜਾਹੀ ਧਰਾਂਗੇ ਅਤੇ ਪਾਣੀ ਗਰਮ ਕਰਾਂਗੇ ਆਪਾਂ, ਬਾਅਦ 'ਚ ਫਿਰ ਚੌਲ ਪਾਵਾਂਗੇ। 5 ਕੁ ਮਿੰਟ ਪਾਣੀ ਗਰਮ ਹੋਣ 'ਤੇ ਵੀ ਲੱਗ ਜਾਣਗੇ। ਚੁੱਲ੍ਹੇ ਨੂੰ ਵੀ ਅੱਜ ਆਪਾਂ ਮਾੜੀ ਜਿਹੀ ਪੋਚਾ ਲਾਇਆ ਹੈਗਾ। ਹੁਣ ਆਪਾਂ ਪਾਣੀ ਪਾਵਾਂਗੇ। ਡੇਢ ਗੜ ਦੀ ਪਾਣੀ ਦੀ ਪਾਈ ਹੈ। ਉਸ ਤੋਂ ਆਪਾਂ ਢੱਕ ਦਿਆਂਗੇ। ਜਦੋਂ ਪੂਰਾ ਪਾਣੀ ਗਰਮ ਹੋ ਗਿਆ ਫਿਰ ਆਪਾਂ ਵਿੱਚ ਚੌਲ ਪਾਵਾਂਗੇ। ਲਓ ਪਾਣੀ ਆਪਣਾ ਪੂਰਾ ਗਰਮ ਹੋ ਗਿਆ ਅਤੇ ਆਪਾਂ ਚੌਲ ਪਾਵਾਂਗੇ। ਪਾਣੀ ਕੱਢਤਾ ਆਪਾਂ ਚੌਲਾਂ 'ਚੋਂ। ਥੋੜ੍ਹਾ ਜਿਹਾ ਆਪਾਂ ਘਰਾਂ ਲੂਣ ਪਾਵਾਂਗੇ, ਥੋੜ੍ਹਾ ਹੀ ਪਾਵਾਂਗੇ।
ਇੱਕ ਚਮਚ ਆਪਾਂ ਘਿਓ ਦਾ ਪਾਵਾਂਗੇ। ਤੋਂ ਢੱਕ ਦਿਆਂਗੇ। ਦੋ ਤਿੰਨ ਮਿੰਟ ਹੋ ਗਏ ਚੌਲ ਪਾਇਆ ਨੂੰ ਅਤੇ ਹੁਣ ਆਪਾਂ ਕੜਛੀ ਮਾਰਾਂਗੇ ਅਤੇ ਹੁਣ ਆਪਾਂ ਉੱਤੋਂ ਢੱਕ ਦਿਆਂਗੇ ਅਤੇ ਉੱਤੋਂ ਢੱਕਣ ਨਹੀਂ ਲਾਉਂਦੇ, ਇਸੇ ਤਰ੍ਹਾਂ ਹੀ ਵਿੱਚੇ ਰਿੱਝੀ ਜਾਣਗੇ 5-7 ਮਿੰਟ। ਲਓ 5 ਮਿੰਟਾਂ ਤੋਂ ਉੱਤੇ ਹੋ ਗਿਆ ਅਤੇ ਆਪਾਂ ਹੁਣ ਉੱਤੋਂ ਲਾਹ ਕੇ ਦੇਖਾਂਗੇ। ਮੱਠੀ ਮੱਠੀ ਅੱਗ 'ਤੇ ਬਣਾਵਾਂਗੇ ਆਪਾਂ, ਬਹੁਤ ਵਧੀਆ ਬਣਗੇ, ਬਿਖਰਵੇਂ। ਅਤੇ ਆਪਾਂ ਇਸੇ ਤਰ੍ਹਾਂ ਫਿਰ ਢੱਕ ਦਿਆਂਗੇ ਇਹਨੂੰ। ਉਹ ਪਾਣੀ ਮਾੜਾ ਮੋਟਾ ਹੈ, ਮਾੜਾ ਮੋਟਾ ਹੀ ਹੈ ਨਹੀਂ ਗਾ ਪਾਣੀ ਇੰਨਾ। ਅਤੇ ਇਸ ਤਰ੍ਹਾਂ ਘਿਓ ਪਾਉਣ ਨਾਲ ਅਤੇ ਇਹ ਜੁੜਦੇ ਨਹੀਂ ਗੇ, ਬਿਖਰਵੇਂ ਰਹਿੰਦੇ ਹੈ। ਜੇ ਆਪਾਂ ਮਾੜਾ ਮੋਟਾ ਘਿਓ ਪਾ ਦੇਈਏ ਵਿੱਚ ਪਹਿਲਾਂ, ਅਤੇ ਆਪਾਂ ਬਸ ਹੁਣ ਲਾਵਾਂਗੇ। 2 ਕੁ ਮਿੰਟ ਹੀ ਸੇਕ ਹੋਰ ਲਵਾਵਾਂਗੇ ਮੱਠੀ ਮੱਠੀ ਅੱਗ ਦਾ। ਲਓ ਆਪਣੇ ਚੌਲ ਬਣ ਗਏ, ਬਹੁਤ ਵਧੀਆ, ਅਤੇ ਆਪਾਂ ਲਾਵਾਂਗੇ। ਆਪਾਂ ਇਹਨੂੰ ਇਸ ਭਾਂਡੇ 'ਚ ਕੱਢ ਲਾਂਗੇ, ਮੁੜ ਕੇ ਕੜਾਹੀ ਸਾਫ਼ ਕਰਕੇ ਫਿਰ ਤੜਕਾ ਲਾਵਾਂਗੇ। ਪੰਦਰਾਂ ਕੁ ਮਿੰਟਾਂ 'ਚ ਮੱਠੀ ਮੱਠੀ ਅੱਗ 'ਤੇ ਬਣ ਗਏ ਹੈ, ਜਾਂ ਥੱਲੇ ਨਹੀਂ ਲੱਗੇ, ਨਾ ਵਿੱਚ ਪਾਣੀ ਰਹੇਗਾ, ਕੋਈ ਚੌਲ ਥੱਲੇ ਨਹੀਂ ਲੱਗਿਆ ਜਮਾਂ ਵੀ, ਉਨਾ ਹੀ ਪਾਣੀ ਪਾਇਆ ਆਪਾਂ, ਡੇਢ ਗੜ ਵੀ। ਪਾਈਏ ਆਪਣੇ ਚੌਲ ਸੀਗੇ, ਲਓ ਆਪਾਂ ਕੜਾਹੀ ਸਾਫ਼ ਕਰ ਲਈ ਅਤੇ ਹੁਣ ਆਪਾਂ ਤੜਕਾ ਲਾਵਾਂਗੇ। ਘਿਓ ਪਾਵਾਂਗੇ, ਜਦੋਂ ਘਿਓ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ। ਘਿਓ ਗਰਮ ਹੋ ਗਿਆ, ਹੁਣ ਆਪਾਂ ਜੀਰਾ ਪਾਵਾਂਗੇ।
ਹੁਣ ਆਪਾਂ ਗੰਢਾ ਪਾਵਾਂਗੇ। ਥੋੜ੍ਹਾ ਜਿਹਾ ਗੰਢਾ ਭੁੱਜ ਗਿਆ ਫਿਰ ਆਪਾਂ ਟਮਾਟਰ ਪਾਵਾਂਗੇ। ਹੁਣ ਆਪਾਂ ਟਮਾਟਰ ਪਾਵਾਂਗੇ। ਔਰ ਲੂਣ ਅਤੇ ਥੋੜ੍ਹੀ ਜਿਹੀ ਹਲਦੀ ਅਤੇ ਥੋੜ੍ਹਾ ਜਿਹਾ ਗਰਮ ਮਸਾਲਾ ਅਤੇ ਕਾਲੀ ਮਿਰਚ ਪਾਵਾਂਗੇ। ਲਓ ਆਪਣਾ ਮਸਾਲਾ ਭੁੱਜ ਗਿਆ ਅਤੇ ਹੁਣ ਆਪਾਂ ਚੌਲ ਪਾਵਾਂਗੇ। ਹੁਣ ਆਪਾਂ ਥੱਲੇ ਲਾ ਕੇ ਲਾ ਲਾਂਗੇ, ਬੜਾ ਧੋਤੇ ਸੇਕ ਨਹੀਂ ਲਵਾਉਂਦੇ। ਚੰਗੀ ਤਰ੍ਹਾਂ ਪਰ ਲਾ ਲਾਂਗੇ। ਲੂੰਡੇ ਚੌਲ ਹੈ ਇਹ। ਰਾਜਸਥਾਨੀ ਚੌਲ ਹੈ ਲੂੰਡੇ ਚੌਲ। ਹੁਣ ਆਪਾਂ ਭਾਂਡੇ 'ਚ ਕੱਢ ਲਾਂਗੇ। ਬਹੁਤ ਵਧੀਆ ਚੌਲ ਬਣੇ ਹੈ। ਵੇਖੋ ਕਿੱਡੇ ਵਧੀਆ ਬਣੇ ਹੈ ਚੌਲ, ਬਹੁਤ ਵਧੀਆ ਬਣੇ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।